ਮੈਨੂੰ ਆਪਾਂ ਨੂੰ ਇਹ ਵੀ ਬਾਹਲੀਆਂ ਕਰੀਜ਼ਾਂ ਵਾਲੇ ਕੱਪੜੇ ਪ੍ਰੈਸ ਪ੍ਰੂਸ ਆਪਾਂ ਨੂੰ ਤਾਂ ਜੋ ਮਿਲ ਗਿਆ ਆਪਾਂ ਪਾ ਕੇ ਪਾ ਰਹੇ ਜੀ। ਮੈਂ ਤਾਂ ਇੰਨਾ ਮੈਨੂੰ ਕੱਪੜੇ ਕੁੱਪੜੇ ਦਾ ਖਰੀਦਣ ਖਰੂਦਣਾ ਹੈ ਹੀ ਨਹੀਂ, ਮੈਨੂੰ ਇਹਦੇ ਚਸਕਾ ਹੀ ਨਹੀਂ ਹੈਗਾ ਜੀ ਵੀ ਜਾਂ ਮੈਂ ਮਹਿੰਗੇ ਕੱਪੜੇ ਪਾਉਣਾ ਵਾ, ਫਲਾਨਾ ਪਾਉਣਾ, ਧਮਕਾ ਰੋਣਾ, ਨਾਲ ਨੂਲ ਦੇ ਕਈ ਵਾਰੀ ਦਬਾਉਣ ਦੇ ਹੋਏ ਆ, ਪਰ ਮੈਂ ਤਾਂ ਮੈਨੂੰ ਹੁੰਦਾ ਨਹੀਂ ਜੀ ਕੱਪੜੇ ਲੀੜੇ ਦਾ ਵਾਲਾ, ਮੈਨੂੰ ਤਾਂ ਜਦੋਂ ਬਸ ਉਹਨਾਂ ਪੇ ਉੱਠਿਆ ਬਸ ਆ ਦੋ ਕੇ ਡੈਡੀ ਮਿੰਟੋ ਮਿੰਟੀ। ਸ਼ੁਰੂ ਤੋਂ ਇੱਦਾਂ ਦੇ ਹੀ ਹੋ? ਸ਼ੁਰੂ ਤੋਂ ਹੀ ਇੱਦਾਂ ਦੇ, ਸ਼ੁਰੂ ਤੋਂ ਹੀ ਇੱਦਾਂ। ਮੰਮਾ ਨੇ ਜੇ ਕੋਈ ਪ੍ਰੈਸ ਕਰਕੇ ਦੇ ਦਿੱਤੀ ਜੀ, ਈਵਨ ਹੁਣ ਵੀ ਮੈਂ ਕਦੇ ਕਦੇ ਕੱਪੜੇ ਲੈਣ ਥੋੜ੍ਹੀ ਗਈ ਹਾਂ, ਪੱਗਾਂ ਪੁੱਗਾਂ ਮੰਮਾ ਲੈ ਆਉਂਦੇ ਨੇ, ਕਦੇ ਕੋਈ ਸ਼ਰਟ ਕੋਈ ਦੇ ਗਿਆ, ਕਦੇ ਕੋਈ ਦੇ ਗਿਆ, ਨਾਲ ਦੇ ਫੜ ਕੇ ਲੈ ਗਏ ਵੀ ਆ ਜਾਓ ਸ਼ੋਪਿੰਗ ਕਰ ਲਾ ਥੋੜ੍ਹੀ ਬਹੁਤ, ਉਹੀ ਪਾਈ ਫਿਰਦਾ, ਕੱਲ੍ਹ ਵਾਲੀ ਪਾਈ ਫਿਰਦਾ, ਜੇ ਪਾਈ ਫਿਰਦਾ, ਮੈਨੂੰ ਸ਼ੌਂਕ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਬਿਲਕੁਲ ਵੀ, ਅੱਜ ਮੈਂ ਹੈਗੇ ਬਸ ਠੀਕ ਹੈ ਜੀ। ਤਾਂ ਮੈਨੂੰ ਆਪਾਂ ਨੂੰ ਇਹ ਵੀ ਬਾਹਲੀਆਂ ਕਰੀਜ਼ਾਂ ਵਾਲੇ ਕੱਪੜੇ ਪ੍ਰੈਸ ਪ੍ਰੂਸ ਆਪਾਂ ਨੂੰ ਤਾਂ ਜੋ ਮਿਲ ਗਿਆ ਆਪਾਂ ਪਾ ਕੇ ਪਾ ਰਹੇ ਜੀ। ਮੈਂ ਤਾਂ ਇੰਨਾ ਮੈਨੂੰ ਕੱਪੜੇ ਕੁੱਪੜੇ ਦਾ ਖਰੀਦਣ ਖਰੂਦਣਾ ਹੈ ਹੀ ਨਹੀਂ, ਮੈਨੂੰ ਇਹਦੇ ਚਸਕਾ ਹੀ ਨਹੀਂ ਹੈਗਾ ਜੀ ਵੀ ਮੈਂ ਮਹਿੰਗੇ ਕੱਪੜੇ ਪਾਉਣਾ ਵਾ, ਫਲਾਨਾ ਪਾਉਣਾ, ਧਮਕਾ ਰੋਣਾ, ਨਾਲ ਨੂਲ ਦੇ ਕਈ ਵਾਰੀ ਦਬਾਉਣ ਦੇ ਹੋਏ ਆ, ਪਰ ਮੈਂ ਤਾਂ ਮੈਨੂੰ ਹੁੰਦਾ ਨਹੀਂ ਜੀ ਕੱਪੜੇ ਲੀੜੇ ਦਾ ਵਾਲਾ, ਮੈਨੂੰ ਤਾਂ ਜਦੋਂ ਬਸ ਉਹਨਾਂ ਪੇ ਉੱਠੇ ਆ ਬਸ ਆ ਦੋ ਕੇ ਡੈਡੀ ਮਿੰਟੋ ਮਿੰਟੀ। ਸ਼ੁਰੂ ਤੋਂ ਇੱਦਾਂ ਦੇ ਹੀ ਹੋ? ਸ਼ੁਰੂ ਤੋਂ ਹੀ ਇੱਦਾਂ ਦੇ, ਸ਼ੁਰੂ ਤੋਂ ਹੀ ਇੱਦਾਂ। ਮੰਮਾ ਨੇ ਜੇ ਕੋਈ ਪ੍ਰੈਸ ਕਰਕੇ ਦੇ ਦਿੱਤੀ ਜੀ, ਈਵਨ ਹੁਣ ਵੀ ਮੈਂ ਕਦੇ ਕਦੇ ਕੱਪੜੇ ਲੈਣ ਥੋੜ੍ਹੀ ਗਈ ਹਾਂ, ਪੱਗਾਂ ਪੁੱਗਾਂ ਮੰਮਾ ਲੈ ਆਉਂਦੇ ਨੇ, ਕਦੇ ਕੋਈ ਸ਼ਰਟ ਕੋਈ ਦੇ ਗਿਆ, ਕਦੇ ਕੋਈ ਦੇ ਗਿਆ, ਨਾਲ ਦੇ ਫੜ ਕੇ ਲੈ ਗਏ ਵੀ ਆ ਜਾਓ ਸ਼ੋਪਿੰਗ ਕਰ ਲਾ ਥੋੜ੍ਹੀ ਬਹੁਤ, ਉਹੀ ਪਾਈ ਫਿਰਦਾ, ਕੱਲ੍ਹ ਵਾਲੀ ਪਾਈ ਫਿਰਦਾ, ਜੇ ਪਾਈ ਫਿਰ, ਮੈਨੂੰ ਸ਼ੌਂਕ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਬਿਲਕੁਲ ਵੀ, ਅੱਜ ਮੈਂ ਹੈਗੇ ਬਸ ਠੀਕ ਹੈ ਜੀ।